ਐਸਵਾਈਐਲ ਦੇ ਮੁੱਦੇ ਨੂੰ ਲੈ ਕੇ ਇੰਡੀਅਨ ਨੈਸ਼ਨਲ ਲੋਕ ਦਲ ਨੇ ਪੰਜਾਬ ਤੋਂ ਦਿੱਲੀ ਜਾਣ ਵਾਲੇ ਵਾਹਨਾਂ ਨੂੰ ਰੋਕਣ ਦੀ ਧਮਕੀ ਦੇ ਦਿੱਤੀ ਹੈ। ਇਨੈਲੋ ਵੱਲੋਂ ਜਾਰੀ ਬਿਆਨ ਅਨੁਸਾਰ ਨਹਿਰ ਮੁੱਦੇ ਉੱਤੇ 10 ਜੁਲਾਈ ਨੂੰ ਪੰਜਾਬ ਤੋਂ ਆਉਣ ਵਾਲੇ ਵਾਹਨਾਂ ਨੂੰ ਸ਼ੰਭੂ ਬੈਰੀਅਰ ਤੇ ਰੋਕੇ ਜਾਣ ਦੀ ਚੇਤਾਵਨੀ ਦਿੱਤੀ ਗਈ ਹੈ। ਇਨੈਲੋ ਲੀਡਰ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ 10 ਜੁਲਾਈ ਨੂੰ ਪੰਜਾਬ ਤੋਂ ਆਉਣ ਵਾਲੀਆਂ ਬੱਸਾਂ ਅਤੇ ਸਰਕਾਰੀ ਵਾਹਨਾਂ ਨੂੰ ਸ਼ੰਭੂ ਬੈਰੀਅਰ ਤੋਂ ਅੱਗੇ ਲੰਘਣ ਨਹੀਂ ਦਿੱਤਾ ਜਾਵੇਗਾ। ਐਲਾਨ ਅਨੁਸਾਰ ਨਿੱਜੀ ਕਾਰਾਂ ਤੇ ਸਫ਼ਰ ਕਰ ਰਹੇ ਲੋਕਾਂ ਨੂੰ ਇਸ ਪ੍ਰਦਰਸ਼ਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਪਰ ਇਸ ਮੁੱਦੇ ਉੱਤੇ ਇਨੈਲੋ ਨੇ ਨਿੱਜੀ ਵਾਹਨਾਂ ਲਈ ਵੀ ਇੱਕ ਵੱਡੀ ਸ਼ਰਤ ਰੱਖੀ ਹੈ, ਜਿਸ ਅਨੁਸਾਰ ਆਪਣੇ ਨਿੱਜੀ ਵਾਹਨਾਂ ਤੇ ਜਾਣ ਵਾਲੇ ਲੋਕ ਜੇ ਉਹਨਾਂ ਨੂੰ ਨਹਿਰ ਬਾਰੇ ਪੰਜਾਬ ਦੇ ਰਵੱਈਏ ਦੇ ਖਿਲਾਫ ਮੈਮੋਰੰਡਮ ਲਿਖ ਕੇ ਦੇਣਗੇ ਤਾਂ ਹੀ ਉਹਨਾਂ ਨੂੰ ਹਰਿਆਣਾ ਵਿੱਚ ਐਂਟਰੀ ਦਿੱਤੀ ਜਾਵੇਗੀ। ਦੱਸ ਦਈਏ ਕਿ ਪੰਜਾਬ ਤੋਂ ਦਿੱਲੀ ਜਾਂ ਦਿੱਲੀ ਤੋਂ ਪੰਜਾਬ ਆਉਂਦੇ ਹਰ ਵਾਹਨ ਨੂੰ ਸ਼ੰਭੂ ਬਾਰਡਰ ਟੱਪ ਕੇ ਹੀ ਆਉਣਾ ਪੈਂਦਾ ਹੈ। ਯਾਦ ਰਹੇ ਕਿ 21 ਮਾਰਚ ਨੂੰ ਇਨੈਲੋ ਨੇ ਐਸਵਾਈਐਲ ਨਹਿਰ ਪੁੱਟਣ ਦੀ ਚੇਤਾਵਨੀ ਦਿੱਤੀ ਸੀ, ਜਿਸ ਦੇ ਵਿਰੋਧ ਵਿੱਚ ਪੰਜਾਬ ਦੇ ਲੋਕ ਵੀ ਨਹਿਰ ਦੀ ਖਿਲਾਫਤ ਵਿੱਚ ਖੜ ਗਏ ਸਨ। ਉਸ ਵਕਤ ਸੂਬਾ ਤੇ ਕੇਂਦਰੀ ਸੁਰੱਖਿਆ ਬਲਾਂ ਦੀ ਸ਼ੰਭੂ ਬਾਰਡਰ ਅਤੇ ਕਪੂਰੀ ਵਿੱਚ ਕਰੜੀ ਤੈਨਾਤੀ ਸਦਕਾ ਮਾਮਲਾ ਸ਼ਾਂਤ ਹੋ ਸਕਿਆ ਸੀ। ਕਿ ਦਿੱਲੀ ਜੰਤਰ ਮੰਤਰ ਕੀ ਬਜਾਏ ਅਬ ਅਗਲੇ ਜੋ ਧਰਨੇ ਹੈ 1 ਮਈ ਸੇ ਫਿਰ ਹਮ ਸ਼ੁਰੂ ਕਰਨੇ ਜਾ ਰਹੇ ਹਾਂ, ਉਸਕੋ ਵਿਧਾਨ ਸਭਾ ਖੇਤਰ ਮੇ ਜਿਸ ਵਿਧਾਨ ਸਭਾ ਖੇਤਰ ਕੇ ਕਾਰਯਕਰਤਾਓਂ ਕੀ ਡਿਊਟੀ ਲਗਾਏਂਗੇ ਉਹ ਵਹੀਂ ਕੇ ਸਬ ਡਿਵੀਜ਼ਨ ਮੇ ਜਾ ਕਰਕੇ ਧਰਨਾ ਦੇਂਗੇ। 11 ਤਾਰੀਖ ਕੋ 11 ਜੁਲਾਈ ਕੋ ਸੁਪਰੀਮ ਕੋਰਟ ਮੇ ਦੁਬਾਰਾ ਸੇ ਫਿਰ ਸੁਣਵਾਈ ਹੋਣੀ ਹੈ। ਹਮ 10 ਜੁਲਾਈ ਕੋ ਆਪਣੇ ਯੁਵਾ ਸਾਥੀਓਂ ਕੇ ਜੁੰਮੇ ਇੱਕ ਜ਼ਿੰਮੇਵਾਰੀ ਲਗਾਏਂਗੇ। ਹਮ ਕਿਸੀ ਕੋ ਪਰੇਸ਼ਾਨ ਨਹੀਂ ਕਰੇਂਗੇ। ਹਮ ਕਿਸੀ ਕੋ ਅਗਰ ਕੋਈ ਬਿਮਾਰ ਹੋਗਾ ਉਸਕੋ ਜਾਤੇ ਹੋਏ ਨਹੀਂ ਰੋਕੇਂਗੇ, ਕੋਈ ਐਂਬੂਲੈਂਸ ਜਾਏਗੀ ਉਸਕੋ ਨਹੀਂ ਰੋਕੇਂਗੇ। ਲੇਕਿਨ ਹਮ ਸੰਕੇਤਿਕ ਤੌਰ ਪਰ ਕੇਂਦਰ ਕੀ ਸਰਕਾਰ ਕੋ ਯੇ ਬਤਾਨਾ ਚਾਹੇਂਗੇ, ਪੰਜਾਬ ਕੀ ਸਰਕਾਰ ਕੋ ਵੀ ਇਹ ਕਹਿਣਾ ਚਾਹੇਂਗੇ ਕਿ ਰੋਜ਼ ਰੋਜ਼ ਜੋ ਬਿਆਨ ਆਪ ਦੇਤੇ ਹੋ ਆਪ ਬਿਆਨ ਦੇਣੇ ਕੀ ਬਜਾਏ ਹਰਿਆਣਾ ਪ੍ਰਦੇਸ਼ ਕੋ ਉਸਕੇ ਹਿੱਸੇ ਕਾ ਪਾਣੀ ਦੇਣੇ ਕਾ ਕਾਮ ਕਰੋ।